ਫਿਰੋਜ਼ਪੁਰ 'ਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਨ, ਕਰਜ਼ ਮਾਫ਼ੀ ਨੂੰ ਲੈ ਕੇ ਅਤੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਲਗਾਉਣ ਅਤੇ ਸੇਵਾ ਕੇਂਦਰਾਂ ਨੂੰ ਬੰਦ ਕਰਨ ਨੂੰ ਲੈ ਕੇ ਸਰਕਾਰ ਦਾ ਪੁਤਲਾ ਫੂਕ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਇਹਦੇ ਦੋ ਤਿੰਨ ਮੇਨ ਮੁੱਦੇ ਨੇ। ਇੱਕ ਤਾਂ ਡੀਜ਼ਲ ਦੀਆਂ ਵਧੀਆਂ ਕੀਮਤਾਂ, ਪੈਟਰੋਲ ਦੀਆਂ ਵਧੀਆਂ ਕੀਮਤਾਂ, ਇੱਕ ਜਿਹੜੇ ਸੇਵਾ ਕੇਂਦਰ ਬੰਦ ਕੀਤੇ ਗਏ ਉਹਦੇ ਸੰਬੰਧ ਵਿੱਚ, ਅਤੇ ਤੀਸਰਾ ਜਿਹੜੇ ਇਹਨਾਂ ਨੇ ਹੁਣ ਨਵੀਂ ਨੀਤੀ ਬਣਾਈ ਪੰਜਾਬ ਸਰਕਾਰ ਨੇ ਕਿ ਕਿਸਾਨਾਂ ਨੂੰ ਬਿਜਲੀ ਦੇ ਬਿੱਲ, ਜਿਹੜੇ ਖੇਤਾਂ ਦੀ ਬਿਜਲੀ ਦੇ ਬਿੱਲ ਲੈ ਜਾਣ। ਇਹ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਇੱਕ ਤਾਂ ਤੇਲ ਜਿਹੜਾ ਡੀਜ਼ਲ ਦੀਆਂ ਅਤੇ ਪੈਟਰੋਲ ਦੀਆਂ ਕੀਮਤਾਂ ਜੋ ਭਾਰਤ ਸਰਕਾਰ ਨੇ ਇੱਕਦਮ ਵਧਾ ਦਿੱਤੀਆਂ ਉਹਦੇ ਖਿਲਾਫ਼, ਅਤੇ ਦੂਸਰਾ ਜੋ ਪੰਜਾਬ ਦੇ ਵਿੱਚ 1700 ਜਿਹੜੇ ਸੇਵਾ ਕੇਂਦਰ ਹੈ ਉਹ ਪੰਜਾਬ ਸਰਕਾਰ ਨੇ ਬੰਦ ਕਰਨ ਦਾ ਫੈਸਲਾ ਲਿਆ। ਤੀਸਰਾ ਕਾਰਨ ਸਾਡਾ ਇਹ ਹੈ ਵੀ ਬਿਜਲੀ ਦੇ ਜਿਹੜੇ ਉਹ ਮੋਟਰਾਂ ਦੇ ਉੱਤੇ ਅਤੇ ਜਿਹੜੇ ਮੀਟਰ ਲਾ ਕੇ ਸਿਰਫ ਇਹਨਾਂ ਦਾ ਇੱਕ ਬਹਾਨਾ ਹੈ ਜਿਹੜਾ ਕਿਵੇਂ ਨਾ ਕਿਵੇਂ ਅਸੀਂ ਇਹਨਾਂ ਤੋਂ ਅਗਾਂਹ ਬਿੱਲ ਲੈ ਸਕੀਏ। ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਹੁਸ਼ਿਆਰਪੁਰ ਦੇ ਹਰ ਇਲਾਕੇ 'ਚ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਸੜਕ 'ਤੇ ਆਪਣਾ ਸਮਾਨ ਰੱਖ ਕੇ ਕਬਜ਼ੇ ਕੀਤੇ ਜਾ ਰਹੇ ਸਨ, ਜਿਸ ਕਰਕੇ ਸੜਕ 'ਤੇ ਆਉਣ ਜਾਣ ਵਾਲਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਹੁਣ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਦੁਆਰਾ ਇਹਨਾਂ ਦੁਕਾਨਦਾਰਾਂ ਦੇ ਸਮਾਨ ਨੂੰ ਜ਼ਬਤ ਕੀਤਾ ਜਾਵੇਗਾ ਅਤੇ ਦੋਸ਼ੀ ਦੁਕਾਨਦਾਰਾਂ ਦਾ ਚਲਾਨ ਵੀ ਕੀਤਾ ਜਾਵੇਗਾ। ਅੱਜ ਅਸੀਂ ਤਹਿਬਜ਼ਰੀ 'ਤੇ ਜਾ ਰਹੇ ਸੀ, ਜਿਨ੍ਹਾਂ ਦੇ ਸਮਾਨ ਲੋਕ ਜਿਹੜੇ ਬਾਹਰ ਰੱਖਦੇ ਉਹਨਾਂ ਦਾ ਸਮਾਨ ਅੰਦਰ ਕਰਵਾ ਰਹੇ ਹਾਂ, ਅਤੇ ਉਹਨਾਂ ਨੂੰ ਵਾਰਨਿੰਗ ਵੀ ਦੇ ਰਹੇ ਹਾਂ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ, ਕਿਉਂਕਿ ਪਬਲਿਕ ਪਲੇਸ ਆ, ਪਬਲਿਕ ਪਲੇਸ ਲੋਕਾਂ ਦੇ ਤੁਰਨ ਫਿਰਨ ਲਈ ਆ, ਚੱਲਣ ਲਈ ਆ, ਤਾਂ ਕਿ ਆਵਾਜਾਈ ਕਿਸੇ ਤਰ੍ਹਾਂ ਵਿਘਨ ਨਾ ਪਵੇ। ਇਸ ਤੋਂ ਇਲਾਵਾ ਅੱਜ ਅਸੀਂ ਚਾਈਨਾ ਡੋਰ ਦੇ ਸੰਬੰਧ ਵਿੱਚ ਵੀ ਜਗ੍ਹਾ ਜਗ੍ਹਾ ਕਰਕੇ ਚਾਈਨਾ ਡੋਰ ਵਗੈਰਾ ਚੈੱਕ ਕੀਤੀ, ਘੱਟ ਤੋਂ ਘੱਟ ਅਸੀਂ 7-8 ਜਗ੍ਹਾ ਚਾਈਨਾ ਡੋਰ 'ਤੇ ਚੈਕਿੰਗ ਕੀਤੀ ਆ, ਪਰ ਉੱਥੇ ਚਾਈਨਾ ਡੋਰ ਸਾਨੂੰ ਨਹੀਂ ਮਿਲੀ ਅਤੇ ਹਜੇ ਅਸੀਂ ਚੈੱਕ ਕਰ ਰਹੇ ਹਾਂ। ਚਾਈਨਾ ਡੋਰ ਵਾਲੇ ਬਸ ਅਸੀਂ ਰੋਜ਼ ਤੀਏ ਚੌਥੇ ਦਿਨ ਚੱਕਰ ਲਾ ਹੀ ਜਾਣਾ। ਹੁਸ਼ਿਆਰਪੁਰ ਮਕੇਰੀਆ ਦੇ ਅਧੀਨ ਆਉਂਦੇ ਪਿੰਡ ਤਗੜਾ ਦੀ ਗੁਰਦਾਸਪੁਰ ਨਾਲ ਲੱਗਦੀ ਕਰੀਬ 350 ਏਕੜ ਭੂਮੀ ਤੋਂ ਕਰੀਬ 61 ਏਕੜ ਭੂਮੀ 'ਤੇ ਗੁਰਦਾਸਪੁਰ ਦੇ ਕੁਝ ਲੋਕਾਂ ਦੁਆਰਾ ਨਜਾਇਜ਼ ਖਨਨ ਕੀਤਾ ਜਾ ਰਿਹਾ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਹੀ ਪ੍ਰਸ਼ਾਸਨ ਗੁਰਦਾਸਪੁਰ 'ਚ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਕਰਨ ਤੋਂ ਅਸਮਰਥ ਹੈ। ਮਾਮਲਾ ਇਹ ਸਰ ਵੀ ਅਸੀਂ ਪਹਿਲੀ ਦਿੱਤੀ ਹੈ ਠੇਕੇ 'ਤੇ ਪੰਚਾਇਤ ਦੀ ਪਟੇ 'ਤੇ 16-17 'ਚ ਦਿੱਤੀ ਸਰਬਜੀਤ ਸਿੰਘ ਸਨ ਮੋਲਕ ਸਿੰਘ ਨੂੰ, ਜਿਹੜਾ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਮਨਜੀਤ ਸਿੰਘ ਦਾ ਰਿਸ਼ਤੇਦਾਰ ਹੈ। ਪਹਿਲੇ ਵੀ ਮਨਜੀਤ ਸਿੰਘ ਲੈਂਦਾ ਆਪਣੇ ਲੜਕੇ ਦੇ ਨਾਂ 'ਤੇ ਲਈ ਸੀ, ਇਹ ਕਦੀ ਆਪਣੇ ਡਰਾਈਵਰ ਦੇ ਨਾਂ 'ਤੇ ਲੈ ਲੈਂਦਾ, ਕਦੀ ਰਿਸ਼ਤੇਦਾਰ ਦੇ ਨਾਂ ਲੈਂਦਾ, ਕਦੇ ਇਹੀ ਸਾਰੀ ਮੈਨਿੰਗ ਕਰਾਉਂਦਾ, ਸਾਰਾ ਜੋ ਮਾਲੇ ਤੋਂ ਜਿੰਨਾ ਪਟਾਉਂਦਾ ਸਾਰਾ ਮਨਜੀਤ ਸਿੰਘ ਕਰਾਉਂਦਾ, ਨਾਲ ਵੀਡੀਓ ਵੀ ਇਹਨਾਂ ਦੇ ਨਾਲ ਰਿਹਾ। ਕਾਫ਼ੀ ਸਾਲਾਂ ਤੋਂ ਘੱਟੋ ਘੱਟ 10 ਸਾਲ ਤੋਂ ਜਿਹੜਾ ਲਗਾਤਾਰ ਕੰਮ ਚੱਲਦਾ ਆ ਰਿਹਾ। ਇੱਥੇ ਜਿਹੜੀ ਇਹ ਪਿੰਡ ਤੱਗੜ ਕਲਾਂ ਜੀ ਸਾਹਮਣੇ ਦਰਿਆ ਤੋਂ ਪਾਰ ਹੁਸ਼ਿਆਰਪੁਰ ਦੇ ਜ਼ਿਲ੍ਹੇ 'ਚ, ਇਹ ਜਿਹੜਾ ਦਰਿਆ ਤੋਂ ਇੱਧਰਲੇ ਬੰਨੇ ਆ, ਇਹਨਾਂ ਦੀ 61 ਕਿੱਲਾ ਜਿਹੜੀ ਹੈ ਜ਼ਮੀਨ ਹੈ, ਇਹ ਪੰਚਾਇਤ ਦੀ ਉਹਨਾਂ ਦੀ ਜ਼ਮੀਨ ਹੈ। ਇੱਥੇ ਪਹਿਲਾਂ ਇੱਕ ਕ੍ਰੈਸ਼ਰ ਲਗਾਇਆ ਗਿਆ ਸੀ, ਉਹ ਵੀ ਜਿਹੜਾ ਸਰਕਾਰ ਦੀ ਮਿਲੀ ਭੁਗਤ ਨਾਲ ਚੱਲਦਾ ਰਿਹਾ। ਉਹ ਹੁਣ ਜਦੋਂ ਉਸ ਤੋਂ ਬਾਅਦ ਹੁਣ ਜਦੋਂ ਪੰਚਾਇਤ ਬਦਲੀ ਹੈ, ਅਤੇ ਇਸ ਪੰਚਾਇਤ ਨੇ ਜਿਹੜਾ ਆਪਣਾ ਆਪਣਾ ਰੁੱਖ ਜਿਹੜਾ ਸਖਤ ਕੀਤਾ, ਅਤੇ ਕਿਉਂਕਿ ਇਹਨਾਂ ਦੇ ਜਿਹੜੇ 61 ਕਿੱਲੇ ਤੁਸੀਂ ਵੇਖਦੇ ਹੋ ਇੱਧਰ ਕਿ ਕਿਸ ਤਰ੍ਹਾਂ ਖਰਾਬ ਹੋ ਗਏ ਨੇ, ਸਾਰੇ ਟੋਏ ਟਿੱਬੇ ਕਰਦੇ ਵਿੱਚ ਪਾਣੀ ਖੜ੍ਹਾ ਕਰ ਦਿੱਤਾ। ਸਾਡੀ ਜ਼ਮੀਨ ਹੈ ਪਾਰ 60 ਏਕੜ ਦੀ ਜ਼ਮੀਨ ਹੈ ਜਿਹੜੀ, ਉਹਦੇ ਵਿੱਚ ਨਜਾਇਜ਼ ਮਾਈਨਿੰਗ ਹੁੰਦੀ ਪਈ ਹੈ ਸਰ। ਅਸੀਂ ਬਹੁਤ ਵਾਰ ਰਿਪੋਰਟ ਕੀਤੀ ਹੈ ਅੱਗੇ, ਪਰ ਸਾਡੇ ਵਿਰੁੱਧ ਕਾਰਵਾਈ ਹੁੰਦੀ ਹੈ, ਸਾਡੀ ਕਿਸੇ ਨੇ ਸੁਣੀ ਨਹੀਂ ਹੈਗੀ। SDM ਸਾਰੇ ਆਪਾਂ ਚਿੱਠੀਆਂ ਪਾਈਆਂ, ਪਰ ਕਿਸੇ ਨੇ ਸਾਡੀ ਸੁਣੀ ਨਹੀਂ ਹੈਗੀ, ਉਲਟ ਸਾਡੇ ਖਿਲਾਫ਼ ਕਾਰਵਾਈ ਕਰਦੇ ਆ। ਇਹ ਪਟਾਈ ਮਨਜੀਤ ਕਰਾ ਰਿਹਾ ਜੋ ਪਟੇਦਾਰ ਹੈ, ਜਿਹਨੂੰ ਇਹ ਜ਼ਮੀਨ ਕਿੰਨੀ ਟੋਟਲ ਜ਼ਮੀਨ ਹੈ 350 ਏਕੜ। ਤੱਗੜ ਕਲਾਂ ਪਿੰਡ ਗੁਰਦਾਸਪੁਰ ਅਤੇ ਮੁਕੇਰੀਆਂ ਦੇ ਹੱਦ ਦੇ ਵਿੱਚ ਪੈਂਦਾ ਹੈ। ਇੱਥੇ ਦਰਿਆ ਪੈਂਦਾ ਹੈ, ਅਸੀਂ ਕਈ ਵਾਰੀ ਮੌਕੇ 'ਤੇ ਇੱਥੇ ਟੀਮ ਭੇਜੀ ਹੈ, ਅਤੇ ਟੀਮ ਵੱਲੋਂ ਜਦੋਂ ਵੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਪਾਈ ਜਾਂਦੀ ਹੈ, ਉੱਥੇ ਮੌਕੇ 'ਤੇ ਹੀ ਉਹਨਾਂ ਦੇ ਖਿਲਾਫ਼ ਲਿਖਿਆ ਜਾਂਦਾ ਹੈ। ਅਸੀਂ ਇਸ ਦੇ ਸੰਬੰਧ ਵਿੱਚ ਪੁਲਿਸ ਨੂੰ ਵੀ ਲਿਖ ਕੇ ਭੇਜ ਚੁੱਕੇ ਹੈ, ਅਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਅਤੇ ਉਹ ਕੀ ਕਹਿੰਦੇ ਸਾਡੇ 'ਤੇ ਉਲਟ ਕੀ ਕਹਿੰਦੇ ਐਲਾਈਐਮ ਬਣਾਉਂਦੇ ਜੀ ਇਹਦੇ ਬਾਰੇ? ਇੱਥੇ ਗੈਰ ਕਾਨੂੰਨੀ ਮਾਈਨਿੰਗ ਕੌਣ ਕਰਾ ਰਿਹਾ ਹੈ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ, ਕਿਉਂਕਿ ਮੌਕੇ 'ਤੇ ਟੀਮ ਵੱਲੋਂ ਕਦੇ ਵੀ ਮੌਕੇ 'ਤੇ ਮਾਈਨਿੰਗ ਕਰਦੇ ਹੋਏ ਕਿਸੇ ਨੂੰ ਨਹੀਂ ਫੜਿਆ ਗਿਆ। ਪਰ ਜੋ ਵੀ ਇਸ ਦੇ ਲਈ ਜ਼ਿੰਮੇਵਾਰ ਹੋਵੇਗਾ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇੰਦਰੀ ਕਰਨਾ ਰੋਡ 'ਤੇ ਪਿੰਡ ਧਰਮ ਹੇੜੀ ਦੇ ਨਜ਼ਦੀਕ ਇੱਕ ਟਰੱਕ ਦੀ ਲਪੇਟ 'ਚ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ ਹੈ।
ਅਤੇ ਦੂਸਰੀ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਅਤੇ ਪੁਲਿਸ ਨੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਗਾਉਂ ਸੇ ਆ ਰਹੇ ਤੇ ਜੀ ਇਹ ਬਾਈਕ ਚਲਾ ਰਹੇ ਤੇ ਸਾਈਡ ਮੇਂ ਗੱਡੀ ਆ ਰੋਕ ਕੇ ਚਲੇ ਗਏ। ਪੰਜ ਬਾਰ ਟਾਇਰੀ ਟਰੱਕ ਤੋਂ ਜੀ ਤੋ ਅੱਜ ਖਾਲੀ ਤਾਂ ਜੀ ਉਸ ਕੋ ਰੋਕਾ ਰੁਕੇ ਨਹੀਂ ਜੀ। ਕੌਣ ਸੀ ਸਾਈਡ ਲਾਡਵੀ ਦੀ ਤਰਫ ਜਾ ਰਹੇ ਤੇ ਜੀ ਤੋ ਮੇਰੀ ਚਾਚੀ ਤੇ ਜੀ ਇੱਕ ਮੇਰੀ ਮੰਮੀ ਸੀ। ਕਾ ਕਿਆ ਨਾਮ ਹੋਣਗੇ? ਕੇੜਾ ਜੀ ਔਰ ਇੱਕ ਨਾਮ ਸੰਤੋਸ਼। ਤੋ ਹਾਦਸੇ ਮੇਂ ਕਿਸ ਕੀ ਮੌਤ ਹੋਈ ਹੈ? ਕੇੜਾ ਕੀ ਜੀ। ਮਹਾਨਗਰ ਲੁਧਿਆਣਾ 'ਚ ਆਏ ਦਿਨ ਡਾਕਟਰਾਂ ਤੇ ਇਲਾਜ 'ਚ ਅਣਗਹਿਲੀ ਵਰਤਣ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ, ਜਿਸ ਕਾਰਨ ਲਗਾਤਾਰ ਪੀੜਤ ਪਰਿਵਾਰਾਂ ਦੁਆਰਾ ਰੋਸ ਜ਼ਾਹਿਰ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸਰ 25 ਤਰੀਕ ਨੂੰ ਜੀ ਸਵੇਰੇ 3:30 ਵਜੇ ਆਪਾਂ ਬੱਚੇ ਦੀ ਡਿਲੀਵਰੀ ਹੋਈ ਸੀ ਜੀ। ਨੋਰਮਲ ਡਿਲੀਵਰੀ ਹੋਈ, ਕਹਿੰਦੇ ਸਭ ਠੀਕ ਹੈ ਜੀ। ਅਸੀਂ 4:15 ਵਜੇ ਇੱਥੇ ਆ ਗਏ ਸੀਗੇ ਹੋਸਪਿਟਲ ਫੈਮਿਲੀ ਦੇ ਨਾਲ ਅਤੇ ਸਭ ਠੀਕ ਸੀਗਾ ਜੀ। 8:30 ਵਜੇ ਇਹਨਾਂ ਨੇ ਸਾਨੂੰ ਵਾਰਡ 'ਚ ਸ਼ਿਫਟ ਕਰਤਾ, ਕਹਿੰਦੇ ਬੱਚਾ ਠੀਕ ਹੈ ਤੁਹਾਡਾ ਨੋਰਮਲ ਹੈ। ਅਸੀਂ ਪੁੱਛਿਆ ਜੀ ਬੱਚੇ ਨੇ ਪੋਟੀ, ਕਹਿੰਦੇ ਬੱਚੇ ਨੇ ਇੱਕ ਪੋਟੀ ਡਿਲੀਵਰੀ ਦੇ ਦੌਰਾਨ ਕਰ ਲਈ ਸੀ, ਅਸੀਂ ਮੰਨ ਲਿਆ ਕਿਉਂਕਿ ਉਹਨੇ ਡਾਕਟਰ ਨੇ ਕਿਹਾ। ਪੂਰਾ ਦਿਨ ਲੰਘ ਗਿਆ ਜੀ, ਕੋਈ ਪੋਟੀ ਨਹੀਂ ਹੋਈ। ਡਾਕਟਰ ਨੇ ਵੀ ਚੈੱਕ ਕੀਤਾ ਬੱਚੇ, ਡਾਕਟਰ ਨੇ ਇੱਕ ਪਤਲੀ ਜਿਹੀ ਮੈਡਮ ਹੈਗੀ ਇਹਨਾਂ ਦੇ ਯੰਗ ਜੀ, ਉਹਨਾਂ ਨੇ ਵੀ ਚੈੱਕ ਕੀਤਾ। ਅਸੀਂ ਕਿਹਾ ਡਿਲੀਵਰੀ ਬੱਚੇ ਨੇ ਪੋਟੀ ਨਹੀਂ ਕੀਤੀ, ਪੂਰਾ ਦਿਨ ਲੱਗ ਗਿਆ। ਕਹਿੰਦੇ ਕਈ ਵਾਰੀ ਬੱਚਾ ਲੇਟ ਹੋ ਜਾਂਦਾ, ਕਰ ਦੂਗਾ, ਇੱਕ ਡਿਲੀਵਰੀ 'ਚ ਹੋ ਗਈ ਹੈ। ਦੂਜਾ ਦਿਨ ਹੋਇਆ ਜੀ, ਫਿਰ ਬੱਚੇ ਨੇ ਪੋਟੀ ਨਹੀਂ ਕੀਤੀ। ਅਸੀਂ ਫਿਰ ਇਹਨਾਂ ਨੂੰ ਪੁੱਛਿਆ, ਕਹਿੰਦੇ ਟੈਨਸ਼ਨ ਨਾ ਲਓ, ਬੱਚਾ ਕਰ ਲੂਗਾ ਪੋਟੀ, ਇੱਕ ਡਿਲੀਵਰੀ 'ਚ ਪੋਟੀ ਹੋ ਗਈ ਹੋਈ ਹੈ। ਤੀਜੇ ਦਿਨ ਦੁਪਹਿਰੇ 12 ਵਜੇ ਇਹਨਾਂ ਨੇ ਸਾਨੂੰ ਛੁੱਟੀ ਦੇ ਦਿੱਤੀ, ਕਹਿੰਦੇ ਜਾਓ ਜੀ ਬੱਚਾ ਤੁਹਾਡਾ ਠੀਕ ਹੈ। ਅਸੀਂ ਘਰੇ ਆ ਗਏ, ਇੱਕ ਇਹਨਾਂ ਨੇ ਛੋਟਾ ਜਿਹਾ ਟੈਸਟ ਵੀ ਲਿਆ ਸੀ ਵੀ ਪੋਟੀ ਕਿਉਂ ਨਹੀਂ ਕਰ ਰਿਹਾ। ਉਹ ਰਿਪੋਰਟ ਦਿਖਾਈ, ਕਹਿੰਦੇ ਠੀਕ ਹੈ ਜੀ। ਉਹ ਰਿਪੋਰਟ ਮੈਂ ਡਾਕਟਰ ਪ੍ਰਦੀਪ ਸਰੀਨ ਨੂੰ ਸ਼ਿਵਪੁਰੀ ਵਾਲਿਆਂ ਨੂੰ ਦਿਖਾਈ, ਕਹਿੰਦੇ ਰਿਪੋਰਟ ਦੇਖ ਕੇ ਤਾਂ ਠੀਕ ਲੱਗ ਰਿਹਾ, ਬੱਚੇ ਦੀ ਕੰਡੀਸ਼ਨ ਦੇਖਣੀ ਪੈਣੀ ਹੈ। ਅਗਲੇ ਦਿਨ ਸਵੇਰੇ ਮੈਂ ਬੱਚਾ ਡਾਕਟਰ ਪ੍ਰਦੀਪ ਸਰੀਨ ਕੋਲ ਲੈ ਕੇ ਗਿਆ, ਉਹਨਾਂ ਨੇ ਹੱਥ ਲਾਇਆ, ਕਹਿੰਦੇ ਜੀ ਬੱਚਾ ਬਹੁਤ ਸੀਰੀਅਸ ਹੈ ਅਤੇ ਉਹਨਾਂ ਨੇ ਪਿੱਛੇ ਚੈੱਕ ਕੀਤਾ, ਉਹਦੀ ਪੋਟੀ ਵਾਲੀ ਜਗ੍ਹਾ ਹੀ ਨਹੀਂ ਸੀਗੀ। ਜਦੋਂ ਡਾਕਟਰ ਡਿਲੀਵਰੀ ਕਰਦੇ ਆ, ਅੱਖਾਂ, ਕੰਨ, ਨੱਕ, ਜਿਬ, ਬੱਚੇ ਦੀ ਪਿਸ਼ਾਬ ਵਾਲੀ ਜਗ੍ਹਾ, ਟੋਇਲਟ ਵਾਲੀ ਜਗ੍ਹਾ, ਸਾਰੀ ਚੀਜ਼ਾਂ ਚੈੱਕ ਕਰਦੇ ਆ। ਜੇ ਨਹੀਂ ਸੀਗੀ ਜਗ੍ਹਾ ਤਾਂ ਡੇ 1 ਸਾਨੂੰ ਦੱਸਣਾ ਚਾਹੀਦਾ ਸੀਗਾ, ਅਸੀਂ CMC DMC ਲੈ ਜਾਂਦੇ। ਇਹਨਾਂ ਨੇ ਸਾਨੂੰ ਨਹੀਂ ਦੱਸਿਆ। ਇਹਨਾਂ ਨੇ ਸਾਨੂੰ ਅੱਜ 12:30 ਵਜੇ ਦੁਪਹਿਰੇ ਬੁਲਾਇਆ ਸੀਗਾ ਵੀ ਦੇਖ ਕੇ ਦੱਸਾਂਗੇ। 12:30 ਵਜੇ ਦੁਪਹਿਰੇ ਆਉਂਦੇ ਤਾਂ ਬੱਚੇ ਦਾ ਢਿੱਡ ਘਰ ਹੀ ਫਟ ਜਾਣਾ ਸੀ ਸਾਡੇ। ਦੀਪ ਹੋਸਪਿਟਲ ਉਹਨੂੰ ਐਡਮਿਟ ਕਰਾਇਆ ਅਸੀਂ ਕੱਲ੍ਹ ਸਵੇਰੇ, 2 ਸਰਜਰੀਆਂ ਹੋਈਆਂ। ਉਹਨਾਂ ਨੇ ਇਹਨੂੰ ਐਡਮਿਟ ਕਰਨ ਤੋਂ ਵੀ ਮਨਾ ਕੀਤਾ, ਬੜੀ ਰਿਕੁਐਸਟ ਕਰਕੇ ਤਰਲੇ ਮਿੰਨਤਾਂ ਪਾ ਕੇ ਉਹਨਾਂ ਨੇ ਐਡਮਿਟ ਕੀਤਾ। ਕੱਲ੍ਹ 3:30 ਵਜੇ ਇੱਕ ਸਰਜਰੀ ਹੋਈ, ਉਸ ਤੋਂ ਬਾਅਦ ਦੂਜੀ ਸਰਜਰੀ ਹੋਈ ਅਤੇ ਸਵੇਰੇ 4:30 ਵਜੇ ਬੱਚੇ ਨੇ ਆਖਰੀ ਸਾਹ ਲਿਆ, ਜਿਹਦੇ ਵਿੱਚ ਪੂਰੀ ਗਲਤੀ ਇਹ ਹੋਸਪਿਟਲ ਦੀ ਹੈ। ਸਰ ਸਾਡੇ ਕੋਲ 24 ਤਰੀਕ ਬੱਚਾ ਪੇਸ਼ੈਂਟ ਆਇਆ, 25 ਤਰੀਕ ਡਿਲੀਵਰੀ ਹੋਈ ਹੈ ਅਤੇ 27 ਤਰੀਕ ਚਲਾ ਗਿਆ। 25 ਤਰੀਕ ਡਿਲੀਵਰੀ ਹੋਈ ਹੈ, ਬੱਚੇ ਨੂੰ ਕੋਈ ਕੰਪਲੇਂਟ ਨਹੀਂ ਸੀ। ਬੱਚੇ ਦੇ ਜਿਹੜੇ ਬਾਹਰ ਦੀ ਓਪਨਿੰਗ ਬਾਹਰੋਂ ਲੱਗ ਰਿਹਾ ਸੀ, ਲੈਟਰਿਨ ਦਾ ਰਸਤਾ ਬਣਿਆ ਹੋਇਆ, ਜਦਕਿ ਉੱਪਰ ਨਹੀਂ ਬਣਿਆ ਹੋਇਆ ਸੀ। ਪੇਸ਼ੈਂਟ ਇੱਥੋਂ ਬਿਲਕੁਲ ਠੀਕ ਠਾਕ ਗਿਆ, ਬੱਚਾ ਨੋਰਮਲ ਦੁੱਧ ਪੀ ਰਿਹਾ ਸੀ, ਸਾਰਾ ਕੁਝ ਠੀਕ ਠਾਕ ਸੀ। ਬੱਚੇ ਦੀ ਥੱਲੀ ਦੇ ਨਾਲ ਉਹ ਛੁੱਟੀ ਲੈ ਕੇ ਗਏ ਹੈ। ਉਸ ਤੋਂ ਬਾਅਦ ਉਹਨੇ ਘਰ ਜਾ ਕੇ ਪੋਟੀ ਨਹੀਂ ਕੀਤੀ ਤਾਂ ਪੇਟ ਫੁੱਲ ਲੱਗ ਗਿਆ, ਉਹ ਕਿਸੇ ਹੋਰ ਡਾਕਟਰ ਕੋਲ ਗਏ। ਉਸ ਤੋਂ ਬਾਅਦ ਉਸ ਡਾਕਟਰ ਨੇ ਉਹਨਾਂ ਨੂੰ ਦੀਪ ਹੋਸਪਿਟਲ ਰੈਫਰ ਕੀਤਾ, ਉੱਥੇ ਜਾ ਕੇ ਉਹਦੇ 2 ਓਪਰੇਸ਼ਨ ਹੋਏ। ਉਸ ਤੋਂ ਬਾਅਦ ਉਹਦੀ ਡੈਥ ਹੋਈ, ਜਦਕਿ ਸਾਡੇ ਕੋਲ ਬੱਚਾ 48 ਘੰਟੇ ਤੋਂ ਪਹਿਲੇ ਚਲਾ ਗਿਆ ਸੀਗਾ। ਅਤੇ ਇੱਥੇ ਸਾਡਾ ਇਹਦੇ 'ਚ ਕੋਈ ਕਸੂਰ ਨਹੀਂ ਹੈ, ਕਿਉਂਕਿ ਜੇ ਬੱਚਾ ਪੋਟੀ ਨਹੀਂ ਕਰਦਾ 48 ਘੰਟੇ ਦੇ ਬਾਅਦ ਪਤਾ ਲੱਗਦਾ ਪੂਰਾ ਵੀ ਇਹਦਾ ਸਾਰਾ ਕੁਝ ਠੀਕ ਹੈ ਕਿ ਨਹੀਂ। ਜੇ ਟੈਸਟ ਹੋਏ ਇਹਨਾਂ ਦੇ ਬੱਚੇ ਦੀ ਡੈਥ ਹੋ ਗਈ ਹੈ ਅਤੇ ਚਾਵਲਾ ਹੋਸਪਿਟਲ ਦੇ ਵਿੱਚ ਉਹਨਾਂ ਨੇ 2-2.5 ਦਿਨ ਰੱਖਿਆ ਸੀਗਾ ਅਤੇ ਉਹਦੇ ਸ਼ਾਇਦ ਪੋਟੀ ਵਾਲੀ ਪਲੇਸ ਨਹੀਂ ਸੀਗੀ ਉਸ ਬੱਚੇ ਦੀ, ਅਤੇ ਇਸ ਕਰਕੇ ਉਹਦੀ ਡੈਥ ਹੋ ਚੁੱਕੀ ਹੈ। ਅਤੇ ਇਹ ਕਹਿ ਰਹੇ ਕਿ ਚਾਵਲਾ ਹੋਸਪਿਟਲ ਵੱਲੋਂ ਕਾਰਵਾਈ ਕੀਤੀ ਸੀ ਇਹਨਾਂ ਦੀ ਪੂਰੀ ਪ੍ਰੋਪਰ ਜੋ ਵੀ ਹੈ ਨਾ ਉਹਦਾ ਇਲਾਜ ਹੋਇਆ ਸੀ ਪ੍ਰੋਪਰ ਇੱਥੋਂ, ਅਤੇ ਪਰ ਚਾਵਲਾ ਹੋਸਪਿਟਲ ਨੇ ਦੱਸਿਆ ਨਹੀਂ ਗਿਆ ਇਹਨਾਂ ਨੂੰ ਕਿ ਬੱਚੇ ਦੀ ਪੋਟੀ ਵਾਲੀ ਜਗ੍ਹਾ ਹੈ ਨਹੀਂ। ਇਸ ਵਾਰੀ ਡੀਪ ਹੋਸਪਿਟਲ ਲੈ ਕੇ ਉੱਥੇ ਉੱਥੇ ਬੱਚੇ ਡੈਥ ਹੋਈ। ਅਤੇ ਅਗਰ ਉਹਨਾਂ ਦੀ ਮਤਲਬ ਕਿ ਜਿਸ ਤਰ੍ਹਾਂ ਬੱਚੇ ਨੂੰ ਹੁਣ ਮਾਰਿਆ ਹੈਗਾ ਜਾਂ ਕਿੱਦਾਂ ਵੀ ਦੱਸਿਆ ਨਹੀਂ, ਪ੍ਰੋਪਰ ਅਰੈਸਟ ਕੀਤੀ ਇਤਲਾਹ ਦਿੱਤੀ ਨਹੀਂ ਹੈਗੀ, ਉਹ ਅਸੀਂ ਆਪਣੇ ਸੀਨੀਅਰਸ ਨਾਲ ਡਿਸਕਸ ਕਰਕੇ ਜੋ ਵੀ ਸੈਸ਼ਨਸ ਬਣਦੇ ਹੈਗੇ ਅਤੇ ਪ੍ਰੋਗਰਾਮ ਲੈ ਜਾਵਾਂਗੇ। ਅਤੇ ਉੱਧਰ ਲੁਧਿਆਣਾ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਚਾਚਾ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪੁੱਤਰ ਸੁਖਵੀਰ ਬਾਦਲ ਤੇ ਮਨਪ੍ਰੀਤ ਦਾ ਸਿਆਸੀ ਸਫ਼ਰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਨੇ। ਨਾਲ ਹੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕੇਂਦਰੀ ਬਜਟ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਸਾਹਮਣੇ ਇੱਕ ਮੰਗ ਪੱਤਰ ਵੀ ਰੱਖਿਆ। ਇਲਾਕੇ ਦੇ ਵਿੱਚ ਵਰਧਮਾਨ ਗਰੁੱਪ ਨੇ ਔਰ SP ਓਸਵਾਲ ਸਾਹਿਬ ਜੋ ਮੇਰੇ ਮਾਈ ਤਰਫ ਬੈਠੇ ਹੈ, ਇਹਨਾਂ ਨੇ CSR ਫੰਡ ਦੇ ਵਿੱਚੋਂ ਤਕਰੀਬਨ 2 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਬੜੀ ਵਧੀਆ ਇਮਾਰਤ ਸਕੂਲ ਦੀ ਤਿਆਰ ਕੀਤੀ, ਜਿਹਦੇ 14 ਕਮਰੇ ਆ ਔਰ ਇਹ ਗਵਰਨਮੈਂਟ ਪ੍ਰਾਇਮਰੀ ਸਕੂਲ ਜੋ ਸਰਕਾਰ ਦਾ ਸੀ ਉਹਦੇ ਲਈ ਤਿਆਰ ਕੀਤੀ। ਔਰ ਮੈਂ ਸਮਝਦਾ ਕਿ ਇੰਡੀਆ ਲੈਵਲ ਦੇ ਇੱਕ ਸਕੂਲ ਔਰ ਇਹਦਾ ਫਰਨੀਚਰ ਔਰ ਫੈਸਿਲਿਟੀਜ਼ ਤਾਂ ਉਹਦੀ ਅੱਜ
ਇਬਤਦਾ ਸੀ। ਪਟਿਆਲਾ ਦੇ ਨਵੇਂ ਬਣੇ ਮੇਅਰ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਚੈਕਿੰਗ ਕੀਤੀ ਅਤੇ ਇਸ ਦੌਰਾਨ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਹਸਪਤਾਲ ਅਤੇ ਹਸਪਤਾਲ ਦੇ ਆਸ ਪਾਸ ਲੋਕਾਂ ਨੂੰ ਜੋ ਵੀ ਦਿੱਕਤਾਂ ਆ ਰਹੀਆਂ ਨੇ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। For all updated news, please subscribe Ava News and ring the bell.